ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਚੜ੍ਹਾਈ ਸ਼ੁਰੂ ਕਰਨ ਲੱਗੇ ਹਾਂ ਗੋਬਿੰਦ ਧਾਮ ਦੀ। ਮੇਰੇ ਨਾਲ ਲੋਕਾਂ ਸਾਹਿਬ ਨੇ, ਬਾਕੀ ਸੰਗਤਾਂ ਸਾਰੀਆਂ ਸਾਡੇ ਬੈਗ ਜਮ੍ਹਾਂ ਕਰਾਉਣ ਗਈਆਂ ਨੇ। ਚਲੀਏ ਫਿਰ, ਠੀਕ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਹੇਮਕੁੰਡ ਸਾਹਿਬ ਦੀ ਯਾਤਰਾ ਦੇ ਦੌਰਾਨ ਅਸੀਂ ਅੱਜ ਖੜ੍ਹੇ ਹਾਂ ਗੁਰਦੁਆਰਾ ਸ਼੍ਰੀ ਗੋਬਿੰਦ ਘਾਟ ਸਾਹਿਬ ਜੀ। ਇੱਥੋਂ ਯਾਤਰਾ ਅਸੀਂ ਉੱਪਰ ਗੋਬਿੰਦ ਧਾਮ, ਜਿਹੜਾ ਕਿ ਇੱਥੋਂ 12-13 ਕਿਲੋਮੀਟਰ ਦੀ ਦੂਰੀ 'ਤੇ ਆ। ਮੇਰੇ ਨਾਲ ਸਾਰੇ ਵੀਰ ਆਪਣੇ ਤਿਆਰ ਬਰ ਤਿਆਰ ਨੇ, ਸਮਾਨ ਅਸੀਂ ਜਮ੍ਹਾਂ ਕਰਾਤਾ। ਇੱਥੋਂ ਉੱਪਰ ਜਾ ਕੇ ਅਸੀਂ ਕਾਰਾਂ 'ਚ ਬੈਠਾਂਗੇ, ਸਾਡੇ ਵਾਸਤੇ ਸਪੈਸ਼ਲ ਕਾਰਾਂ ਉਹ ਭੇਜੀਆਂ ਗਈਆਂ ਨੇ ਇਹ ਲੋਕਾਂ ਵੱਲੋਂ। ਮਤਲਬ ਕਹਿਣ ਦਾ ਭਾਵ ਉਹ 50-50 ਰੁਪਈਏ ਕਿਰਾਇਆ ਲੱਗਦਾ। ਉਹ ਤੋਂ ਬਾਅਦ ਅਸੀਂ 5 ਕਿਲੋਮੀਟਰ ਅੱਗੇ ਜਾ ਕੇ ਫਿਰ ਅਸੀਂ ਆਪਣੇ ਪਵਿੱਤਰ ਚਰਨਾਂ ਦੇ ਦੌਰਾਨ ਅਸੀਂ ਉੱਪਰ ਚੜ੍ਹਾਈ ਸ਼ੁਰੂ ਕਰਾਂਗੇ। ਸੁੱਖੀ ਹੁਣੀ ਪਹੁੰਚ ਚੁੱਕੇ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਾਡੀ ਵੀਡੀਓ ਵਿੱਚ ਆਏ। ਕੀ ਕਹਿਣਾ ਚਾਹੋਗੇ ਤੁਸੀਂ? ਠੀਕ ਹੈ ਜੀ, ਠੀਕ ਹੈ ਜੀ। ਬਹੁਤ ਹੀ ਮਹਾਨ ਸ਼ਖਸੀਅਤ ਲੋਪੋ ਵਾਲੇ ਮਹਾਰਾਜ ਉਹ ਵੀਡੀਓ ਬਣਾ ਰਹੇ ਨੇ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਫੌਜਾਂ ਤਿਆਰ ਬਰ ਤਿਆਰ ਨੇ, ਦੇਖੋ ਤੁਸੀਂ ਕਾਲੀਆਂ ਟੀ ਸ਼ਰਟਾਂ ਨਾਲ, ਕੇਸਰੀ ਦਸਤਾਰਾਂ, ਸੰਤਰੀ ਪਰਨ ਹੈ ਖਾਲਸਾ ਦੀ ਨਿਸ਼ਾਨੀ। ਇਹ ਹੁਣ ਸੂਰਮੇ ਚੜ੍ਹਨਗੇ ਅਤੇ ਜਿਹੜਾ ਮੁੰਡਾ ਕੈਮਰਾਮੈਨ ਆ ਉਹ ਵੀਡੀਓ ਦੇ ਵਿੱਚ ਹੀ ਆਪਾਂ ਗੱਲ ਕਰਾਂਗੇ, ਉਹ ਬਦਲ ਨਹੀਂ ਸਕਦਾ ਵੀ ਉਹ ਮੇਰਾ ਸਮਾਨ ਚੱਕ ਕੇ ਲੈ ਕੇ ਜਾਊਗਾ ਅਤੇ ਮੈਂ ਉਹਨੂੰ ਫੋਲੋ ਕਰੂੰਗਾ। ਧੰਨਵਾਦ। ਇਹ ਗੁਰਦੁਆਰਾ ਗੋਬਿੰਦ ਘਾਟ ਸਾਹਿਬ ਆ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਫੌਜਾਂ ਤਿਆਰ ਬਰ ਤਿਆਰ ਨੇ ਜੀ, ਹੁਣ ਉੱਪਰ ਚੜ੍ਹਾਈ ਸ਼ੁਰੂ ਕਰਦੇ। ਚੜ੍ਹਾਈ ਇੱਧਰ ਜਾ ਕੇ ਜੀ ਉਹ ਪੁਲ ਪਾਰ ਕਰਾਂਗੇ, ਪਹਿਲਾਂ ਕਾਰ 'ਚ ਬਹਿ ਕੇ ਫਿਰ ਅੱਗੇ ਜਾ ਕੇ ਤੁਰਾਂਗੇ ਜੀ। ਅਤੇ ਇਹ ਸਾਰੇ ਵੀਰ ਆਪਣੇ ਨਾਲ ਨੇ, ਕਾਲੀਆਂ ਟੀ ਸ਼ਰਟਾਂ, ਦਸਤਾਰਾਂ। ਇਹ ਫੋਟੋ ਖਿੱਚਣ ਦੀ ਤਿਆਰੀ ਹੋ ਰਹੀ ਆ। ਮੁੱਛਾਂ ਦੇਖੋ ਜੀ, ਮੁੱਛਾਂ ਦੇਖੋ ਜੀ ਇੱਧਰ। ਹਾਂਜੀ, ਖੜ੍ਹ ਜਾਓ ਹੁਣ ਛੇਤੀ। ਇਹ ਜਗ੍ਹਾ 'ਤੇ ਇੱਥੇ ਗੱਡੀਆਂ 'ਚ ਬਹਿ ਕੇ ਉੱਪਰ ਜਾਣਾ ਆ। ਆਹ ਗੇਟ ਆ ਅਤੇ ਇੱਥੇ ਮਤਲਬ ਗੱਡੀਆਂ ਦੀ ਬੁਕਿੰਗ ਹੁੰਦੀ ਆ, 50-50 ਰੁਪਈਏ। ਹਾਂਜੀ, ਬਹਿ ਗਏ ਤੁਸੀਂ? ਹਾਂਜੀ ਹਾਂਜੀ, ਮੈਨੂੰ ਬਿਠਾਇਆ ਨਹੀਂ, ਦੇਖ ਲਓ ਤੁਹਾਡੇ ਪਾਸ ਜਗ੍ਹਾ ਰੱਖੀ ਆਪਾਂ। ਅਸੀਂ ਗੱਡੀ 'ਚ ਬੈਠੇ ਹੋਏ ਹਾਂ ਜੀ, ਅਤੇ ਆਹ ਦੇਖੋ ਗੋਬਿੰਦ ਘਾਟ। ਮੈਂ ਤੁਹਾਨੂੰ ਦਿਖਾਉਂਦਾ, ਉਹ ਸਾਹਮਣੇ ਹੈਲੀਪੈਡ ਆ, ਉਹ ਤੁਸੀਂ ਹੈਲੀਕਾਪਟਰ ਰੁਕਦਾ ਅਤੇ ਆਪਣੀ ਗੱਡੀ 'ਚ ਬੈਠੇ ਨੇ ਬੰਦੇ ਜੀ। ਆਹ ਸਾਹਮਣੇ ਰਸਤਾ ਜਾਂਦਾ ਜੀ ਗੋਬਿੰਦ ਧਾਮ ਵੱਲ। ਕਈ ਸਾਲ ਪਹਿਲਾਂ ਇੱਥੋਂ ਵੀ ਤੁਰ ਕੇ ਜਾਣਾ ਪੈਂਦਾ ਹੁੰਦਾ ਸੀ, ਹੁਣ ਚਲੋ ਗੱਡੀਆਂ ਜਾਂਦੀਆਂ 5 ਕਿਲੋਮੀਟਰ ਤੱਕ। ਉਹ ਸਾਹਮਣੇ ਦੇਖੋ ਗੋਬਿੰਦ ਘਾਟ। ਹਾਂਜੀ, ਜਿੱਥੇ ਤੱਕ ਗੱਡੀਆਂ ਪਹੁੰਚਦੀਆਂ ਨੇ ਇਹ ਰਸਤਾ 5 ਕਿਲੋਮੀਟਰ ਕਵਰ ਕਰ ਜਾਂਦਾ ਆ ਅਤੇ ਇੱਥੋਂ ਸਾਰੀ ਪੈਦਲ ਚੜ੍ਹਾਈ ਸ਼ੁਰੂ ਹੁੰਦੀ ਆ। ਐਨਕਾਂ ਠੀਕ ਨੇ, ਸਿੱਧੀਆਂ ਨੇ, ਫਿਰ ਠੀਕ ਆ। ਅਤੇ ਮੈਂ ਤੁਹਾਨੂੰ ਹੋਰ ਦੱਸ ਦੇਵਾਂ, ਇੱਥੇ ਮੋਟਰਸਾਈਕਲ ਆ ਜਾਂਦੇ ਨੇ। ਮੋਟਰਸਾਈਕਲ ਜੇ ਇੱਥੇ ਖੜਾਉਣੇ ਨੇ ਤੁਸੀਂ, ਇਹ ਸਟੈਂਡ ਹੈਗੇ ਨੇ ਇੱਥੇ ਬਣੇ ਹੋਏ ਨੇ, ਇੱਥੇ ਕਿਰਾਇਆ ਲੱਗਦਾ ਆ। ਥੱਲੇ ਗੋਬਿੰਦ ਘਾਟ ਗੁਰਦੁਆਰਾ ਸਾਹਿਬ, ਉੱਥੇ ਕਿਰਾਇਆ ਲੱਗਦਾ ਨਹੀਂ ਹੈਗਾ ਜੇ ਖੜਾਉਣੇ ਹੋਣ ਮੋਟਰਸਾਈਕਲ। ਉੱਥੇ ਦੋਨੇ ਤਰ੍ਹਾਂ ਦੇ ਸਟੈਂਡ ਨੇ ਅਤੇ ਆਪਾਂ ਹੁਣ ਮਹਾਰਾਜ ਦੀ ਕਿਰਪਾ ਨਾਲ ਉੱਤੇ ਜਾਣਾ ਬਸ। ਚਲੀਏ ਜੀ ਫਿਰ, ਆਓ ਚਲੀਏ। ਕਈ ਜਣੇ ਰਜਿਸਟ੍ਰੇਸ਼ਨ ਦੀ ਗੱਲ ਕਰਦੇ ਹੁੰਦੇ ਨੇ, ਇਹ ਜਿਹੜਾ ਰਸਤਾ ਜਾਂਦਾ ਗੋਬਿੰਦ ਘਾਟ ਤੋਂ ਧਾਮ ਤੱਕ, ਇੱਥੇ ਵੀ ਤੁਸੀਂ ਕਰਾ ਸਕਦੇ ਹੋ, ਇਹ ਰਜਿਸਟ੍ਰੇਸ਼ਨ ਵਾਲਾ ਬਣਿਆ ਹੋਇਆ।
ਉਹ ਦੇਖ ਲਓ ਜੀ, ਛੋਟੇ ਛੋਟੇ ਬੱਚੇ ਵੀ ਜਾ ਰਹੇ ਨੇ, ਆਹ ਦੇਖ ਲਓ। ਲਓ ਜੀ, ਇਹ ਅੱਧ ਤੋਂ ਜ਼ਿਆਦਾ ਆਪਾਂ ਪਹੁੰਚ ਚੁੱਕੇ ਹਾਂ ਬਿਨਾਂ ਰੁਕੇ ਹੋਏ, ਅਸੀਂ ਕਿਤੇ ਬੈਠੇ ਨਹੀਂ ਮਹਾਰਾਜ ਦੀ ਕਿਰਪਾ ਨਾਲ। ਅਤੇ ਆਹ ਦੇਖੋ ਸਾਰੇ ਜਣੇ ਨੇ, ਮਤਲਬ ਇੱਕ ਜਗ੍ਹਾ 'ਤੇ ਵੀ ਬੈਠ ਕੇ ਆਰਾਮ ਨਹੀਂ ਕੀਤਾ, ਖੜ ਕੇ ਜ਼ਰੂਰ ਅਸੀਂ ਚਲੋ ਰੁਕੇ ਹਾਂ ਇੱਕ ਦੋ ਮਿੰਟ ਕਿਤੇ, ਅਤੇ ਇੱਥੇ ਚਲੋ ਮਹਾਰਾਜ ਦੀ ਕਿਰਪਾ ਨਾਲ ਹੁਣ ਪਹੁੰਚੇ ਹਾਂ। ਦੇਖ ਲਓ ਜੀ ਕਿੰਨਾ ਵਧੀਆ ਮੌਸਮ ਆ, ਕਈ ਜਣੇ ਫੋਟੋਆਂ ਖਿੱਚਣ ਲੱਗੇ ਹੋਏ ਨੇ, ਬਹੁਤ ਵਧੀਆ ਜੀ, ਸਾਰੀ ਥਕਾਵਟ ਉੱਤਰ ਗਈ ਇੱਥੇ ਆ ਕੇ। ਦੇਖੋ ਜੀ ਕਿੰਨਾ ਵਧੀਆ ਵਿਊ ਆ, ਪਹਾੜ ਏ ਪਹਾੜ ਉੱਪਰ। ਇੱਥੋਂ ਅਸੀਂ ਚਲੋ ਅੱਗੇ ਜਾਵਾਂਗੇ। ਲਓ ਜੀ, ਅਸੀਂ ਹੁਣ ਜਿੱਥੇ ਹੈਲੀਪੈਡ ਆ ਨਾ ਗੋਬਿੰਦ ਧਾਮ ਤੋਂ ਪਹਿਲਾਂ, ਉੱਥੇ ਰੁਕੇ ਹਾਂ। ਮੌਸਮ ਪਹਿਲਾਂ ਮੀਂਹ ਪੈਣ ਲੱਗ ਗਿਆ ਸੀ, ਬਰਸਾਤੀਆਂ ਪਈਆਂ ਸੀਗੀਆਂ, ਅਤੇ ਹੁਣ ਬਸ ਇੱਥੇ ਪਹੁੰਚੇ ਅਸੀਂ, ਆਰਾਮ ਕਰਾਂਗੇ ਥੋੜ੍ਹਾ ਟਾਈਮ ਹੈਲੀਪੈਡ ਅਤੇ ਉੱਥੋਂ ਮੈਂ ਦਰਸ਼ਨ ਕਰਾਉਂਦਾ। ਇਹ ਆ ਜੀ ਗੋਬਿੰਦ ਧਾਮ ਤੋਂ ਪਹਿਲਾਂ ਹੈਲੀਪੈਡ ਆ ਜਿਹੜਾ, ਆਹ ਦੇਖੋ ਠੀਕ ਆ। ਇੱਥੇ ਹੈਲੀਕਾਪਟਰ ਰੁਕਦਾ ਕੇ ਗੋਬਿੰਦ ਘਾਟ ਤੋਂ ਜਿਹੜਾ ਸ਼ੁਰੂ ਹੁੰਦਾ ਆ, ਬਹੁਤ ਵਧੀਆ ਇੱਥੇ ਹੈਗਾ। ਆਹ ਦੇਖੋ ਵਾਤਾਵਰਨ, ਫੋਟੋਆਂ ਵਗੈਰਾ ਬਹੁਤ ਦੁਨੀਆ ਇੱਥੇ ਖਿੱਚਦੀ ਹੁੰਦੀ ਆ, ਅਤੇ ਦੇਖੋ ਬੜਾ ਵਧੀਆ ਲੱਗਦਾ। ਸਾਹਮਣੇ ਪਹਾੜ ਦੇਖੋ ਕਿੰਨੇ ਵਧੀਆ ਨੇ, ਆਹ ਦੇਖੋ ਬਹੁਤ ਵਧੀਆ ਇੱਥੇ ਲੱਗਦਾ ਕਿ। ਲਓ ਜੀ, ਇਹ ਗੋਬਿੰਦ ਧਾਮ ਆ, ਅਸੀਂ ਗੋਬਿੰਦ ਧਾਮ ਪਹੁੰਚ ਚੁੱਕੇ ਹਾਂ। ਲਓ ਜੀ ਦੇਖ ਲਓ ਗੋਬਿੰਦ ਧਾਮ, ਆਹ ਲਿਖਿਆ ਹੋਇਆ ਜੀ ਹੇਮਕੁੰਡ ਸਾਹਿਬ 6 ਕਿਲੋਮੀਟਰ, ਗੋਬਿੰਦ ਧਾਮ ਤੋਂ 6 ਕਿਲੋਮੀਟਰ, ਦੇਖ ਲਓ ਆਹ ਦੇਖ ਲਓ। ਲਓ ਜੀ, ਇਹ ਗੁਰਦੁਆਰਾ ਗੋਬਿੰਦ ਧਾਮ ਸਾਹਿਬ ਦਾ, ਦੇਖ ਲਓ ਜੀ ਸੰਗਤਾਂ ਦਾ ਇਕੱਠ। ਲਓ ਜੀ, ਅਸੀਂ ਗੋਬਿੰਦ ਧਾਮ ਪਹੁੰਚ ਚੁੱਕੇ ਹਾਂ। ਇਹ ਸਾਨੂੰ 5-star ਰੂਮ ਮਿਲਿਆ ਹੈਗਾ, ਦੇਖੋ ਉਹ ਸਾਹਮਣੇ ਸੰਗਤਾਂ ਆਰਾਮ ਫਰਮਾ ਰਹੀਆਂ ਨੇ, ਸੰਤਰੀ ਗਰੁੱਪ, ਸੰਤਰੀ ਬਲੈਕ ਗਰੁੱਪ ਦੇਖ ਲਓ। ਹਾਂਜੀ ਹਾਂ, ਦੇਖੋ ਦੇਖੋ ਜੀ ਕਿੰਨੇ ਵਧੀਆ ਕੰਬਲ ਮਿਲੇ ਨੇ, ਸਾਰੇ ਬੰਦੇ ਫੋਨ 'ਚ ਬਿਜ਼ੀ ਨੇ, ਵੱਡੇ ਵੱਡੇ ਸਟੇਟਸ ਲਾਉਂਦੇ, ਤਿਆਰੀਆਂ ਹੋ ਰਹੀਆਂ, ਚਾਰਜਰ ਕੱਢ ਲਿਆ ਭਾਈ। ਇਹ ਦੇਖੋ ਜੀ ਸੰਗਤਾਂ, ਗੋਬਿੰਦ ਧਾਮ ਹੈਗਾ ਇਹ ਅਸਥਾਨ, ਇਹ ਮਾਲਿਸ਼ ਕਰ ਰਹੀਆਂ ਸੰਗਤਾਂ। ਦੇਖੋ ਬਾਹਰ ਜੇ ਮਾਲਿਸ਼ ਕਰਾਉਣੀ ਆ ਤਾਂ 100 ਰੁਪਈਆ ਲੈਂਦੇ ਨੇ ਇਕੱਲੀਆਂ ਲੱਤਾਂ ਦਾ, ਇੱਥੇ ਦੇਖੋ ਮਾਲਿਸ਼ਾਂ ਇਹ ਸੰਗਤਾਂ ਕਰਦੀਆਂ ਪਈਆਂ ਨੇ ਸੇਵਾ।